ਉੱਥੇ ਇੱਕ ਸਮੁੱਚੇ ਤੌਰ 'ਤੇ ਪੰਥ ਦੀ ਰਜਾਮੰਦੀ ਨਾਲ ਖਾਲਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਸ ਕੀਤਾ ਸੀ ਕਿ ਆਪਾਂ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਹੋਰ ਵੱਡੇ ਉਪਰਾਲੇ ਕਰਨੇ ਆ ਸ਼੍ਰੋਮਣੀ ਕਮੇਟੀ ਵੱਲੋਂ ਔਰ ਜਿੰਨੇ ਵੀ ਸਾਡੇ ਇਤਿਹਾਸਿਕ ਸਥਾਨ ਨੇ ਜਿੱਥੇ ਜ਼ਮੀਨ ਜ਼ਿਆਦਾ ਸਾਡੇ ਕੋਲ ਹੈਗੀ ਹੈ ਉੱਥੇ ਅਸੀਂ ਘੱਟੋ ਘੱਟ ਬਹੁਤਾ ਨਹੀਂ ਤਾਂ ਇੱਕ ਏਕੜ ਜਿਹੜੀ ਜਗ੍ਹਾ ਉਹ ਜੰਗਲਾਤ ਵਾਸਤੇ ਜ਼ਰੂਰ ਰਿਜ਼ਰਵ ਰੱਖਣੀ ਹੈ ਔਰ ਉਸੇ ਲੜੀ ਦੇ ਤਹਿਤ ਹੀ ਇਹ ਮੁਹਿੰਮ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨਾਂ ਤੋਂ ਬਹੁਤ ਹੀ ਸਤਿਕਾਰ ਜੋ ਸਾਡੇ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਮਹਾਂਪੁਰਸ਼ ਕਾਰ ਸੇਵਾ ਵਾਲੇ ਜਿਨ੍ਹਾਂ ਨੂੰ ਅਵਾਰਡ ਹੀ ਭਾਰਤ ਸਰਕਾਰ ਵੱਲੋਂ ਇਸੇ ਵਾਤਾਵਰਨ ਦੀ ਸ਼ੁੱਧਤਾ ਦੇ ਸੰਬੰਧ ਵਿੱਚ ਹੀ ਮਿਲਿਆ ਔਰ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਨੇ ਉਹਨਾਂ ਦੇ ਬੜੇ ਵੱਡੇ ਉੱਦਮ ਉਪਰਾਲੇ ਦਾ ਸਦਕਾ ਉਹਨਾਂ ਦੇ ਪੂਰੇ ਸਹਿਯੋਗ ਦਾ ਸਦਕਾ ਉਹਨਾਂ ਦੀ ਸਮੁੱਚੀ ਟੀਮ ਦੇ ਸਹਿਯੋਗ ਦਾ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਦਿਨਾਂ ਤੋਂ ਇਹ ਮੁਹਿੰਮ ਆਰੰਭੀ ਹੈ ਔਰ ਗੁਰਦੁਆਰਾ ਸਤਲੰਜ ਸਾਹਿਬ ਜਿਹੜਾ ਅਟਾਰੀ ਬਾਰਡਰ 'ਤੇ ਲਾ ਕੇ ਛੇਵੇਂ ਪਾਤਸ਼ਾਹ ਦਾ ਪਾਵਨ ਪਵਿੱਤਰ ਅਸਥਾਨ ਹੈ ਉੱਥੋਂ ਅਸੀਂ ਇਹ ਮੁਹਿੰਮ ਆਰੰਭ ਕੀਤੀ ਸੀ ਔਰ ਅੱਜ ਗੁਰਦੁਆਰਾ ਹੋਠੀਆਂ ਸਾਹਿਬ ਜਿਹੜਾ ਪੰਚਮ ਪਾਤਸ਼ਾਹ ਦੀ ਜਨਮ ਸਿੱਖ ਪ੍ਰਾਪਤ ਬੜਾ ਇਤਿਹਾਸਿਕ ਸਥਾਨ ਹੈ ਸਾਡਾ ਔਰ ਇਸ ਇਲਾਕੇ ਦੀ ਸਮੁੱਚੀ ਸੰਗਤ ਦੀ ਬੜੀ ਬੜੀ ਆਸਥਾ ਇਸ ਸਥਾਨ ਦੇ ਉੱਤੇ ਇੱਥੇ ਜਿਹੜੇ ਆ ਅਸੀਂ ਇੱਕ ਏਕੜ ਦੇ ਵਿੱਚ ਇਹ ਜੰਗਲਾਤ ਜਿਹੜਾ ਜੰਗਲ ਲਾਉਣ ਦਾ ਅੱਜ ਅਰਦਾਸ ਕਰਕੇ ਦਮਤਾ ਕੀਤੀ ਹੈ ਜਿਹਦੇ ਵਿੱਚ ਤਕਰੀਬਨ 2,500-3,000 ਬੂਟੇ ਜਿਹੜਾ ਲੱਗਣਾ ਔਰ ਇਹਦੇ ਵਿੱਚ ਫਲਦਾਰ ਬੂਟੇ ਵੀ ਨੇ ਫੁੱਲਦਾਰ ਬੂਟੇ ਵੀ ਸ਼ਾਨਦਾਰ ਬੂਟੇ ਵੀ ਨੇ ਵੱਖ ਵੱਖ ਵਰਾਇਟੀ ਜਿੰਨੀ ਜਿੰਨੀ ਪਰਸੈਂਟੇਜ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਬਾਬਾ ਜੀ ਨੇ ਤੈਅ ਕਰਕੇ ਇਹਦਾ ਸਮੁੱਚਾ ਤੌਰ 'ਤੇ ਪ੍ਰਬੰਧ ਕੀਤਾ ਔਰ ਉਹਦੀ ਅੱਜ ਅਰਦਾਸ ਕਰਕੇ ਰਮਤਾ ਹੋਈ ਹੈ ਅੱਜ ਬੜੀ ਵੱਡੀ ਇਹ ਮਸਲੇ ਦੇ ਉੱਤੇ ਲੋੜ ਹੈ ਕਿ ਸਮੁੱਚੇ ਜਿਹੜੀਆਂ ਜਥੇਬੰਦੀਆਂ ਨੇ ਧਾਰਮਿਕ ਨੇ ਸਮਾਜਿਕ ਨੇ ਜਾਂ ਕੋਈ ਐਨ ਜੀ ਓ ਵਗੈਰਾ ਨੇ ਉਹਨਾਂ ਨੂੰ ਰਲ ਮਿਲ ਕੇ ਉੱਦਮ ਕਰਨ ਵਾਤਾਵਰਨ 'ਤੇ ਆਪਾਂ ਨੂੰ ਵੱਧ ਤੋਂ ਵੱਧ ਬੂਟੇ ਜਿਹੜੇ ਉਹ ਲਾਉਣੇ ਚਾਹੀਦੇ ਆ ਔਰ ਮੈਂ ਤਾਂ ਇੱਥੋਂ ਤੱਕ ਵੀ ਕਹਾਂਗਾ ਕਿ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਜਿਹੜਾ ਇਹਨਾਂ ਦਾ ਪੰਚਾਇਤ ਡਿਪਾਰਟਮੈਂਟ ਆ ਉਹਦੇ ਮੰਤਰੀ ਸਾਹਿਬ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਹਨਾਂ ਕੋਲ ਪੰਚਾਇਤਾਂ ਦਾ ਮਹਿਕਮਾ ਔਰ ਪੰਚਾਇਤਾਂ ਦੇ ਵਿੱਚ ਵੀ ਜਿਹੜੀ ਜ਼ਮੀਨ ਹੈ ਸ਼ਾਮਲਟ ਪਈ ਹੈ ਪੰਚਾਇਤਾਂ ਦੀ ਆਪਣੀ ਜ਼ਮੀਨ ਵੀ ਹੈਗੀ ਆ ਉਹ ਜ਼ਮੀਨਾਂ ਦੇ ਵਿੱਚ ਘੱਟੋ ਘੱਟ 2-2 ਏਕੜ ਹਰ ਪਿੰਡ ਦੇ ਵਿੱਚ ਜੰਗਲ ਲਾਉਣ ਦਾ ਸਰਕਾਰ ਨੂੰ ਫੈਸਲਾ ਕਰਨਾ ਚਾਹੀਦਾ ਬਹੁਤ ਜ਼ਰੂਰੀ ਹੈ ਕਿਉਂਕਿ ਕਾਦਰ ਦੇ ਨਾਲ ਜੇ ਮੁਹੱਬਤ ਆ ਜੇ ਪਿਆਰ ਆ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਅਤੇ ਉਹ ਇਸ ਗੁਰੂ ਨਾਨਕ ਸਾਹਿਬ ਦੇ ਹੁਕਮ ਮੁਤਾਬਕ ਕੁਦਰਤ ਕਰਕੇ ਵਸਿਆ ਸੋਏ ਕੁਦਰਤ ਹੈ ਕੀਮਤ ਨਹੀਂ ਪਾਏ ਕੀਮਤ ਪਾਇਆ ਤਾਂ ਕਹੀਂ ਨਾ ਜਾਏ ਮਹਾਰਾਜ ਇਸ ਜਿਹੜੀ ਕੁਦਰਤ ਆ ਜਿਹੜੇ ਵਾਤਾਵਰਨ ਨਾਲ ਸੰਬੰਧਿਤ ਆ ਇਹਦਾ ਵੀ ਬਹੁਤ ਵੱਡਾ ਮਨੁੱਖੀ ਜੀਵਨ ਉੱਤੇ ਜਿਹੜਾ ਪਰਉਪਕਾਰ ਆ ਸੋ ਇਹਦੇ ਨਾਲ ਮੁਹੱਬਤ ਕਰਾਂਗੇ ਕਿ ਅਕਾਲ ਪੁਰਖ ਵਾਹਿਗੁਰੂ ਨਾਲ ਸਾਡੀ ਸਿੱਧੀ ਤਾਰ ਜੁੜੇਗੀ ਸਾਡੇ ਸਿੱਧਾ ਜਿਹੜਾ ਸੰਬੰਧ ਪੈਦਾ ਹੋਣਗੇ ਸੋ ਇਸ ਵਾਸਤੇ ਜੇ ਕੁਦਰਤ ਨੂੰ ਕਾਦਰ ਨੂੰ ਅਕਾਲ ਪੁਰਖ ਸਭ ਸ਼ਕਤੀਮਾਨ ਨੂੰ ਆਪਾਂ ਪਿਆਰ ਕਰਦੇ ਹਾਂ ਅਤੇ ਉਹਦੀ ਕੁਦਰਤ ਨੂੰ ਪਿਆਰ ਕਰੀਏ ਬੂਟੇ ਲਾਈਏ ਘਰਾਂ ਵਿੱਚ ਵੀ ਇਲਾਕਿਆਂ ਵਿੱਚ ਵੀ ਸੜਕਾਂ 'ਤੇ ਵੀ ਜਿੱਥੇ ਵੀ ਜਗ੍ਹਾ ਮਿਲਦੀ ਹੈ ਇੱਕ 2-2, 4-4 ਬੂਟੇ ਲਾ ਕੇ ਆਪਣਾ ਮਨ ਦਾ ਯੋਗਦਾਨ ਸਾਰਿਆਂ ਪਾਉਣਾ ਚਾਹੀਦਾ ਉਹਦੇ ਨਾਲ ਦੀ ਨਾਲ ਇਹ ਮੈਂ ਬੇਨਤੀ ਕਰਾਂਗਾ ਇਲਾਕੇ ਦੀ ਸੰਗਤ ਨੂੰ ਹੀ ਕਿਉਂਕਿ ਅੱਜ ਇਹ ਬੂਟੇ ਲਗਾ ਦਿੱਤੇ ਗਏ ਆ ਇੱਕ ਏਕੜ ਦੇ ਵਿੱਚ ਤਕਰੀਬਨ 2,500-3,000 ਬੂਟਿਆਂ 'ਤੇ ਲੱਗਣਾ ਵੱਖ ਵੱਖ ਵਰਾਇਟੀ ਦੇ ਇੱਥੇ ਸ਼ਾਨਦਾਰ ਬੂਟੇ ਵੀ ਲੱਗੇ ਆ ਫਲਦਾਰ ਬੂਟੇ ਵੀ ਲੱਗੇ ਆ ਫੁੱਲਦਾਰ ਬੂਟੇ ਵੀ ਲੱਗੇ ਆ ਸੋ ਇਹਨਾਂ ਦੀ ਜਿਹੜੀ ਪਾਲਣਾ ਹੈ ਸਮੇਂ ਸਮੇਂ ਮੁਤਾਬਕ ਜਿਹੜੀ ਸੰਗਤ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੀ ਹੈ ਇਹਨਾਂ ਦਾ ਪਾਣੀ ਦਾ ਹੋਰ ਦੇਖਭਾਲ ਦਾ ਜਿਹੜਾ ਸੰਭਾਲ ਦਾ ਜ਼ਿੰਮੇਵਾਰੀ ਇਲਾਕੇ ਦੀ ਸਿੱਖ ਸੰਗਤਾਂ ਪੂਰੀ ਜ਼ਿੰਮੇਵਾਰੀ ਨਾਲ ਪਾਉਣ ਭਾਵੇਂ ਕਿ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਇਲਾਕੇ ਦੇ ਮੈਂਬਰ ਸਾਹਿਬਾਨ ਅੱਜ ਮੌਜੂਦ ਨੇ ਸਾਰੇ ਸਾਡੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨੇ ਉਹ ਵੀ ਮੌਜੂਦ ਨੇ ਇਲਾਕੇ ਦੀਆਂ ਸਿੱਖ ਸੰਗਤਾਂ ਜਿਹੜੀ ਪਤਵੰਤ ਸ਼ਖਸੀਅਤਾਂ ਨੇ ਉਹ ਵੀ ਇੱਥੇ ਮੌਜੂਦ ਨੇ ਸਾਰਿਆਂ ਦਾ ਜਿੱਥੇ ਅਸੀਂ ਧੰਨਵਾਦ ਕਰਦੇ ਹਾਂ ਉਸ ਨਾਲ ਬੇਨਤੀ ਕਰਦੇ ਹਾਂ ਕਿ ਸੇਵਾ ਸੰਭਾਲ ਅਤੇ ਦੇਖਭਾਲ ਦੀ ਜਿਹੜੀ ਹੈ ਜ਼ਿੰਮੇਵਾਰੀ ਜ਼ਰੂਰ ਆਉਣ ਸਮੇਂ 'ਚ ਨਿਭਾਉਣ ਕਿਉਂਕਿ ਆਮ ਤੌਰ 'ਤੇ ਕਿਹਾ ਜਾਂਦਾ ਕਿ ਬੂਟਾ ਲਾਉਣਾ ਸੌਖਾ ਸੰਭਾਲਣਾ ਔਖਾ ਹੁੰਦਾ ਦੇਖਭਾਲ ਔਖੀ ਹੋ ਜਾਂਦੀ ਸੋ ਇਹ ਸਾਡੀ ਬੇਨਤੀ ਸੁਨੇਮਤ ਪ੍ਰਵਾਨ ਕਰਨ ਗੁਰੂ ਸਾਹਿਬ ਇਹਦੇ ਵਿੱਚ ਸਾਡੀ ਅਰਦਾਸ ਹੈ ਕਿ ਬਾਬੇ ਨੂੰ ਬੜੀ ਵੱਡੀ ਸ਼ਕਤੀ ਬਖਸ਼ਣ ਤਾਂ ਕਿ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਜਿਹੜਾ ਉਹਨਾਂ ਵੱਲ ਕੀਤੇ ਜਾਂਦੇ ਉਪਰਾਲੇ ਆ ਉਹਦੇ ਵਿੱਚ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਸਰ ਦੇਖੋ ਪੰਜਾਬ ਦਾ ਜਿਹੜਾ ਪਾਣੀ ਅਤੇ ਧਰਤੀ ਆ ਇਹ ਬਹੁਤ ਪ੍ਰਦੂਸ਼ਿਤ ਹੋ ਚੁੱਕੀ ਆ ਸਾਡੀਆਂ ਅਣਗਹਿਲੀਆਂ ਕਾਰਨ ਪੰਜਾਬ ਦਾ ਜਿਹੜਾ ਹਰਿਆ ਭਰਿਆ ਵਾਤਾਵਰਨ ਸੀ ਪੰਜਾਬ ਦਾ ਜਿਹੜਾ ਪਾਣੀ ਸੀ ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਪਾਣੀ ਵੀ ਪ੍ਰਵਾਸੀ ਮਜ਼ਦੂਰਾਂ ਨੂੰ ਦੁੱਧ ਵਰਗਾ ਲੱਗਦਾ ਸੀ ਉਸ ਪੰਜਾਬ ਦਾ ਵਾਤਾਵਰਨ ਤਬਾਹ ਹੋ ਗਿਆ ਉਸ ਪੁਰਾਣੀ ਵਿਰਾਸਤ ਨੂੰ ਬਹਾਲ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਇਤਿਹਾਸਿਕ ਫੈਸਲਾ ਕੀਤਾ ਕਿ ਸਾਡੇ ਜਿੰਨੇ ਵੀ ਵੱਡੇ ਇਤਿਹਾਸਿਕ ਗੁਰੂ ਘਰ ਨੇ
90 ਦੇ ਕਰੀਬ ਇਤਿਹਾਸਕ ਗੁਰਦੁਆਰੇ ਨੇ ਉਹਨਾਂ ਸਾਰੇ ਗੁਰੂ ਘਰਾਂ ਦੇ ਵਿੱਚ ਜਿੱਥੇ ਨਾਲ ਨਾਲ ਜ਼ਮੀਨ ਲੱਗਦੀ ਆ ਇੱਕ ਇੱਕ ਏਕੜ ਦੇ ਵਿੱਚ ਜੰਗਲ ਨਮਾ ਬੂਟੇ ਲਗਾਏ ਜਾਣਗੇ ਤਾਂ ਕਿ ਜਿਹੜਾ ਇਹ ਵਾਤਾਵਰਨ ਆ ਫਿਰ ਕੁਦਰਤ ਦੇ ਅਨੁਸਾਰੀ ਹੋ ਸਕੇ ਅਸੀਂ ਵਾਤਾਵਰਨ ਦੇ ਨਾਲ ਪ੍ਰੇਮ ਕਰ ਸਕੀਏ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਆ ਅਸਲ ਵਿੱਚ ਸੇਵਾ ਦੇ ਪੁੰਜ ਵਾਤਾਵਰਨ ਪ੍ਰੇਮੀ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦਾ ਉਹਨਾਂ ਦੀ ਪ੍ਰੇਰਨਾ ਸਦਕਾ ਹੀ ਅਸੀਂ ਇਹ ਫੈਸਲਾ ਲਿਆ ਸੀ ਅਤੇ ਉਸ ਫੈਸਲੇ ਤਹਿਤ ਅੱਜ ਇਤਿਹਾਸਕ ਗੁਰੂ ਘਰ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਇਤਿਹਾਸਕ ਗੁਰਦੁਆਰੇ ਹੋਠੀਆਂ ਸਾਹਿਬ ਤੋਂ ਇਹ ਕਾਰਜ ਦੀ ਆਰੰਭਤਾ ਕੀਤੀ ਹੈ ਇਹਦੇ ਵਿੱਚ ਬਾਬਾ ਜੀ ਨੇ 50 ਕਿਸਮ ਦੇ ਬੂਟੇ ਲਗਾਉਣੇ ਨੇ ਜਿਹਦੇ ਵਿੱਚ ਵਿਰਾਸਤੀ ਬੂਟੇ ਨੇ ਵੀ ਬੋਹੜ ਪਿੱਪਲ ਆ ਨਿੰਮ ਆ ਫਿਰ ਜਿਹੜੇ ਮੈਡੀਕਲ ਵੈਲਿਊ ਵਾਲੇ ਬੂਟੇ ਨੇ ਉਹ ਵੀ ਲਾਏ ਗਏ ਨੇ ਅਤੇ ਬਾਕੀ ਬੂਟੇ ਇਸ ਹਿਸਾਬ ਨਾਲ ਲਾਏ ਗਏ ਕਹਿੰਦੇ ਕਿ ਜੰਗਲ ਨਮਾ ਹੋਵੇ ਜਾਨਵਰ ਪੰਛੀ ਆਣ ਕੇ ਰਹਿ ਸਕਣ ਆਪਣਾ ਰਹਿਣ ਬਸੇਰਾ ਕਰ ਸਕਣ ਅਤੇ ਉਹਨਾਂ ਦੀ ਖੁਰਾਕ ਦਾ ਪ੍ਰਬੰਧ ਹੋ ਸਕੇ ਅਤੇ ਉਹਨਾਂ ਨੂੰ ਸੈਰਗਾਹ ਵੀ ਮਿਲ ਸਕੇ ਉਹਨਾਂ ਨੂੰ ਰਹਿਣ ਦੀ ਜਗ੍ਹਾ ਵੀ ਮਿਲ ਸਕੇ ਅਤੇ ਵਾਤਾਵਰਨ ਦੀ ਸ਼ੁੱਧਤਾ ਵੀ ਹੋ ਸਕੇ ਇੰਨੇ ਕੁ ਜੰਗਲ ਲਾਉਣ ਦੇ ਨਾਲ ਹੀ ਜਿਹੜਾ ਇਲਾਕੇ ਦੇ ਵਿੱਚ ਆ ਹਵਾ ਦਾ ਜਿਹੜਾ ਪ੍ਰਦੂਸ਼ਣ ਆ ਬਹੁਤ ਵੱਡੀ ਪੱਧਰ 'ਤੇ ਘਟੇਗਾ ਮੈਂ ਹਾਰਦਿਕ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਹੀ ਮੈਂਬਰ ਸਾਹਿਬਾਨ ਦਾ ਵੀ ਧੰਨਵਾਦ ਕਰਦਾ ਸੰਤ ਬਾਬਾ ਸੇਵਾ ਸਿੰਘ ਦਾ ਹਾਰਦਿਕ ਤੌਰ 'ਤੇ ਰੋਮ ਰੋਮ ਤੋਂ ਰਿਣੀ ਆ ਕਿ ਜਿਨ੍ਹਾਂ ਨੇ ਉਦਮ ਕਰਕੇ ਇਹ ਕਾਰਜ ਸਾਡੇ ਪਾਸੋਂ ਕਰਵਾ ਰਹੇ ਕਿੰਨੇ ਬੂਟੇ ਲਾਏ ਹੋਣ ਇਹ ਬੂਟੇ ਲਗਭਗ ਇਹਨਾਂ ਦਾ ਟੀਚਾ ਜਿਹੜਾ ਵਾ ਉਹ 3500 ਦੇ ਕਰੀਬ ਇਸ ਜਗ੍ਹਾ 'ਤੇ ਬੂਟੇ ਲੱਗਣਗੇ 50 ਕਿਸਮ ਦੇ ਬੂਟੇ ਨੇ ਜਿਹੜੇ ਪਰਸੈਂਟੇਜ ਇਹਨਾਂ ਨੇ ਨਿਰਧਾਰਿਤ ਕੀਤੀ ਆ ਕਿ 1% ਦੇ ਇਹ ਬੂਟੇ ਲਾਉਣੇ ਆ 1% ਦੇ ਫਲਦਾਰ ਲਾਉਣੇ ਆ 1% ਦੇ ਸ਼ਾਨਦਾਰ ਲਾਉਣੇ ਆ ਇਹ ਸਾਰਾ ਕਾਰਜ ਜਿਹੜਾ ਵਾ ਇਹ ਸਿਸਟਮੈਟਿਕ ਬਾਬਾ ਜੀ ਕਰ ਰਹੇ ਆ ਜੀ ਬਾਬਾ ਪਹਿਲੇ ਦਿਨ ਇੱਥੇ ਜੰਗਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਸ ਕੀਤਾ ਹੈ ਕਿ ਹਰ ਗੁਰੂ ਘਰ ਦੇ ਨੇੜੇ ਇੱਕ ਏਕੜ ਦੇ ਵਿੱਚ ਜੰਗਲ ਨਮਾ ਦਰਖਤ ਲਗਾਉਣ ਦਾ ਟੀਚਾ ਕਰਤੂਰ ਸਿੰਘ ਹੁਣ ਆਪ ਨੇ ਦੱਸ ਗਿਆ ਨੇ ਨਾ ਰਜਿੰਦਰ ਸਿੰਘ ਮਹਿਤਾ ਸਿੰਘ ਮੀਤ ਪ੍ਰਧਾਨ ਜੀ ਵੀ ਆਪ ਨੂੰ ਦੱਸ ਰਹੇ ਨੇ ਸੋ ਸਾਰੇ ਛੋਟੇ ਥੋੜੀ ਪ੍ਰਬੰਧਕ ਸਾਹਿਬ ਆਏ ਨੇ ਸੰਗਤਾਂ ਆਈਆਂ ਨੇ ਸੋ ਅੱਜ ਸ਼ੁਰੂ ਇੱਥੋਂ ਹੋਈ ਹੈ ਜੀ ਜੰਗਲ ਲਾਉਣ ਦੀ ਜਿਹਦੇ 'ਚੋਂ 50 ਕਿਸਮ ਦੀ ਜਿਹੜੇ ਕਿਸਮ ਦੇ ਹੋਣਗੇ ਪੌਦੇ ਜੇ 50 ਫੀਸਦੀ ਹੋਣਗੇ ਸ਼ਾਨਦਾਰ ਜੀ 25% ਫੁੱਲਦਾਰ ਹੋਣਗੇ 25% ਜਿਹੜੇ ਉਹ ਖੁਸ਼ਬੂਦਾਰ ਹੋਣਗੇ ਸੋ ਇਸ ਤਰੀਕੇ ਨਾਲ ਇਹ ਸਾਰਾ ਅੱਜ ਸ਼ੁਰੂ ਕੀਤੀ ਤਾਂ ਕਿ ਖਰਗੋਸ਼ ਮੋਰ ਹੋਰ ਜਿਹੜੇ ਤਿੱਤਰ ਵਗੈਰਾ ਜਿਨ੍ਹਾਂ ਨੂੰ ਕੋਈ ਲੋਕਲ ਦਾਨ ਮਿਲਦੀ ਉਹ ਵੀ ਆਪ ਇੱਥੇ ਆਪਣਾ ਘਰ ਬਣਾ ਲੈਣਗੇ ਅਤੇ ਆਪਣਾ ਰਹਿਣ ਬਸੇਰਾ ਕਰਨਗੇ ਉਹਨਾਂ ਚੀਜ਼ ਜੰਗਲ ਨੂੰ ਆਪਣਾ ਘਰ ਬਣੇਗਾ ਵਾਤਾਵਰਨ ਸ਼ੁੱਧ ਹੋਵੇਗਾ ਹਰਿਆਵਲ ਆਵੇਗੀ ਗੁਰੂ ਘਰ ਦੇ ਸ਼ੁਭ ਆਵੇਗੀ